ਫਿਰ ਕਿੱਥੋਂ ਕੈਨੇਡਾ ਤੋਂ ਆਏ ਹੋ? ਛੱਡ ਕੇ ਆ ਗਏ ਫਿਲਹਾਲ? ਹਾਂਜੀ। ਇਹਦਾ ਮਤਲਬ ਫਿਰ ਜਿਹੜਾ ਮਾਨ ਸਾਹਿਬ ਕਹਿੰਦੇ ਆ ਕਿ ਭਾਈ ਉਧਰੋਂ ਮੁੰਡੇ ਆਉਣਗੇ ਛੱਡ ਛੱਡ ਕੇ, ਕੀ ਹੋ ਗਈ ਗੱਲ? ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਧਾਈਆਂ ਬਹੁਤ ਬਹੁਤ। ਕਹਿੰਦੇ ਮੁੰਡਾ ਬਾਹਰੋਂ ਕਿੱਥੋਂ ਆਇਆ? ਕੈਨੇਡਾ ਤੋਂ। ਇੱਥੇ ਨੌਕਰੀ ਮਿਲੀ ਆ? ਹਾਂਜੀ, ਕਿੱਥੇ? ਐਸਡੀਓ ਦੀ ਬਿਜਲੀ ਬੋਰਡ ਸ਼ਹਿਰ। ਅੱਛਾ ਜੀ, ਵਾਹ ਵਾਹ ਵਾਹ। ਤਾਂ ਮਾਨ ਸਾਹਿਬ ਦੀ ਗੱਲ ਸੱਚੀ ਹੋ ਗਈ? ਹਾਂਜੀ ਬਿਲਕੁਲ ਬਿਲਕੁਲ ਜੀ, ਬੱਚੇ ਬਾਹਰੋਂ ਆ ਰਹੇ ਆ ਜਿਹਨਾਂ ਨੂੰ ਰੁਜ਼ਗਾਰ ਮਿਲ ਰਿਹਾ। ਅੱਛਾ, ਕਿੰਨਾ ਸਾਲ ਪਹਿਲਾਂ ਭੇਜਿਆ ਸੀ? ਡੇਢ ਸਾਲ ਪਹਿਲਾਂ ਜੀ। ਡੇਢ ਸਾਲ ਪਹਿਲਾਂ ਪਹਿਲਾਂ ਭੇਜਿਆ ਸੀ? ਅੱਛਾ, ਤਾਂ ਪੈਸੇ ਪੂਸੇ ਵਾਹਵਾ ਲੱਗ ਗਏ ਹੋਣੇ? ਪੈਸੇ ਲੱਗ ਗਏ ਸੀ, 25 ਲੱਖ ਦੀ ਪਰਚ ਕੱਟਿਆ ਸਾਰਾ ਕੁਛ ਸਾਰਾ। ਔਰ ਨੌਕਰੀ ਫਿਰ ਇਹ ਮਾਨ ਸਾਹਿਬ ਦੀ ਸਰਕਾਰ ਕਰਕੇ ਹੀ ਆ? ਹਾਂਜੀ। ਬੈਠਾ ਬੇਟਾ ਕਿੱਥੇ ਆ? ਪਿਤਾ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ? ਬੇਟਾ ਕਿੱਥੇ ਆ? ਆ ਗਿਆ ਜੀ। ਮਿਲ ਗਈ ਕਰ ਲਿਆ ਜੁਆਇਨ? ਅੱਛਾ 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 ਅੱਛਾ, ਕਦੋਂ ਉਮਰੇ ਜੁਆਇਨ? ਮੈਂ 7 ਮਹੀਨੇ ਹੋ ਗਏ। ਅੱਛਾ, ਗੁੱਡ 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 ਗੁੱਡ। ਫਿਰ ਕਿੱਥੋਂ, ਕੈਨੇਡਾ ਤੋਂ ਆਏ ਹੋ? ਛੱਡ ਕੇ ਆ ਗਏ ਫਿਲਹਾਲ? ਹਾਂਜੀ। ਇਹਦਾ ਮਤਲਬ ਫਿਰ ਜਿਹੜਾ ਮਾਨ ਸਾਹਿਬ ਕਹਿੰਦੇ ਆ ਕਿ ਭਾਈ ਉਧਰੋਂ ਮੁੰਡੇ ਆਉਣਗੇ ਛੱਡ ਛੱਡ ਕੇ, ਕੀ ਹੋ ਗਈ ਗੱਲ? ਕੀ ਲੱਗਿਆ ਤੂੰ ਮੁੰਡਾ ਇਹ ਡਿਗਰੀ ਕਰਕੇ ਗਿਆ ਸੀ? ਹਾਂਜੀ ਡਿਗਰੀ, ਬੀਟੈਕ। ਬੀਟੈਕ ਇਲੈਕਟ੍ਰੀਕਲ। ਬਿਜਲੀ ਬੋਰਡ ਚ ਲੱਗਿਆ? ਵਧਾਈਆਂ ਫਿਰ ਤਾਂ ਬਹੁਤ ਬਹੁਤ। ਪਾਰਟੀ